ਸਵਤੰਤਰਤਾ ਦਿਵਸ ਦੀ 71ਵੇਂ ਵਰੇਗਾਨ ਮੌਕੇ ਮਾਨਸਾ ਦੇ ਮਲਟੀਪਰਪਸ ਖੇਡ ਸਟੇਡੀਅਮ ਵਿੱਚ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਵਿੱਤ ਯੋਜਨਾ ਅਤੇ ਰੋਜ਼ਗਾਰ ਉਤਪਤੀ ਮੰਤਰੀ ਮਨਪ੍ਰੀਤ ਬਾਦਲ ਨੇ ਹਾਜ਼ਰ ਮਾਨਸਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ 2 ਲੱਖ ਜਾਂ 5 ਏਕੜ ਵਾਲੇ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਕਰੇਗੀ। ਆਪਣੇ ਪੈਰਾਂ ਤੇ ਫੇਰ ਖੜਾ ਕਰਨਾ ਹੈ, ਪੰਜਾਬ ਦੇ ਕਿਸਾਨ ਨੂੰ ਆਪਣੇ ਪੈਰਾਂ ਤੇ ਤੁਰਨਾ ਇੱਕ ਵਾਰੀ ਫੇਰ ਸਿਖਾਉਣਾ ਪੈਣਾ ਹੈ। ਔਰ ਤੁਹਾਡੀ ਸਰਕਾਰ ਇਸ ਗੱਲ ਲਈ ਪੂਰਨ ਅਜ਼ਮ ਹੈ। ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਾਅਦਾ ਕੀਤਾ ਹੈ ਕਿ 2 ਲੱਖ ਰੁਪਏ ਦਾ ਕਰਜ਼ਾ ਜਿੱਥੇ 5 ਏਕੜ ਦਾ ਕਿਸਾਨ ਹੈ ਉਹਦਾ ਸਰਕਾਰ ਮਾਫ਼ ਕਰੂਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੜ੍ਹੇ ਲਿਖੇ ਅਤੇ ਅਨਪੜ੍ਹ ਸਾਰੇ ਹੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਕੰਮ ਪੰਜਾਬ ਦਾ ਬੇਰੁਜ਼ਗਾਰੀ ਦਾ ਖਾਤਮਾ ਕਰਨਾ। ਬੇਰੁਜ਼ਗਾਰੀ ਦੇ ਦੋ ਪਹਿਲੂ ਹੈ। ਇੱਕ ਪਹਿਲੂ ਹੈ ਕਿ ਮੈਂ ਪੜ੍ਹਿਆ ਲਿਖਿਆ, ਮੈਂ ਕਾਬਲ ਹੈ, ਮੈਂ ਕੁਆਲੀਫਾਈਡ ਹੈ, ਮੇਰੇ ਕੋਲ ਨੌਕਰੀ ਹੈਗੀ। ਇਨਸਾਨ ਪਾਗਲ ਹੋ ਜਾਂਦਾ ਜਦੋਂ ਕੋਈ ਕੰਮ ਕਰਨ ਦਾ ਹੋਵੇ। ਪਰ ਬੇਰੁਜ਼ਗਾਰੀ ਦਾ ਇੱਕ ਦੂਸਰਾ ਪਹਿਲੂ ਹੈ, ਮੈਂ ਤਰਨਤਾਰ ਹੈ, ਮੈਂ ਪੜ੍ਹਿਆ ਲਿਖਿਆ ਨਹੀਂ। ਤਾਂ ਪੜ੍ਹਿਆ ਲਿਖਿਆ ਦਾ ਮਤਲਬ ਇਹ ਨਹੀਂ ਕਿ ਮੈਂ ਪੜ੍ਹਿਆ ਨਹੀਂ ਤਾਂ ਮੈਨੂੰ ਗਰਮੀ ਸਰਦੀ ਨਹੀਂ ਲੱਗਦੀ, ਅਨਪੜ੍ਹ ਹੈ ਤਾਂ ਮੈਨੂੰ ਭੁੱਖ ਤਾਂ ਲੱਗਦੀ ਹੈ। ਅਨਪੜ੍ਹ ਨੂੰ ਵੀ ਰੁਜ਼ਗਾਰ ਦੇਣਾ ਹੈ ਤੇ ਪੜ੍ਹੇ ਲਿਖੇ ਨੂੰ ਵੀ ਰੁਜ਼ਗਾਰ ਦੇਣਾ ਹੈ। ਸਰਕਾਰ ਦਾ ਇਹ ਅਜ਼ਮ ਹੈ। ਮਾਨਸਾ ਤੋਂ ਜਗਦੀਸ਼ ਬੰਸਲ ਦੀ ਰਿਪੋਰਟ, ਚੈਨਲ 2।